लो जी, जीपी में आपका स्वागत है। पहुंच गए जी द एंजोस कॉफी हाउस एंड बिस्ट्रो। असीं सोचा भी बड़ा ट्रैवल कर लिया, ट्रैक ट्रुक कर लिया, थोड़ा जा कैफे टाइप फीलिंग भी ली। हां जी, होटल जिथे स्टे किया बारहों देख लो। तो हुण असीं चलिए इत्थों अगली मंजिल भालू नाग टेंपल। बहुत ही मज़ा आ रहा जी आ रोड पर, बहुत ही ज़्यादा जिहड़ा शब्दों च बयान नहीं किया जा सकता, इन्ना मज़ा आ गया जी। बाहू वधिया लग रहा है मैनू। मंदिर इधर है, मंदिर इस साइड पे। ये रोड जाती है जी भालू नाग टेंपल, बाहू नाग टेंपल नू। देखो हुण आ ट्रैक देखो, तुसी देखने वाला तो यह है। थले खाई कुबेर से आ, थले खाई ते उत्ते असी। आज ट्रैकिंग तो बच गए, एंड तक जावांगे। आ गया जी, मैं लगता नाल ही है। आ देखो कुछ, आ भी कोई लेक टाइप की बनी हुई है, इसके अंदर पत्ते ही पत्ते पए ने। थले नू तो बड़ा स्टीप है जी, देखो थले नू जा रहे बिल्कुल। बालू बाहू नाग टेंपल, लोग कितने कितने बसे हुए ने, है ना। इतों हूँ की कहना मित्रा है, आ ही लगता मैं तो, आ तो वापस मुड़ता आया। वो ऑफ रोड ऑफ रोड ऑफ रोड, वैसे पूछ लेना चाहिए किसी नू। वो इधर किधर जा रहे हैं आप, उतर रहे ना है। ये नहीं है यार, पूछना चाहिए किसी को अपन। मैं डाउट जहा हो रहा इधर थले उतर रहा है, अगे देख तू है ओए। ये तो जी पूरी सड़क खराब है इधर तो, उतर मोड़ा पिछे। ये तो फस गए ओए, मुड़ू किमें है, इनू खिंचेगा पिछे हूँ। भैया बाहू नाग टेंपल का है, ये सड़क ऐसी है, कितना आगे। धक्का तो मार इधर कड, फिर यही खराब है बस। चल जाएगा बाइक, देखो जी रास्ता इत्थे फिरदे आं असीं पंगे लैंदे। प्रो राइडर स्किल्स दिखाउणियां पैणियां थोड़े भरा नूं। ओहो हो, गड्डी नहीं आती जी इत्थे 4x4। ओए इत्थे तो औखा, इहदे च बड़ू लाइक जरूर ठोक दिओ जी। इन्नी मेहनत चिक्कड़ चो, ओहो आ हा हा, क्या बात है क्या बात है जट्टा, क्या बात है। बैठो वीर जी, हो गया वीर, हो जाऊगी तक तो पानी है, फिर आप दबदे थोड़ी हाँ। ओहो, एक डेढ़ किलोमीटर असी पैदल नहीं जाना, असी झोटे नू नाल लेके जाना, अपने रैंपो नू भी दर्शन कराने ने। ओहो इस लश हों जी, इतने नॉर्मल गड्डी नहीं आनी, इतने 4x4 आऊगी, थार थूर या होर। मीह करके खराब है। ओहो अगे तो होर माड़ा हाल है। बह जा,
ਲੋਕੀ ਵੀ ਕਹਿੰਦੇ ਨੇ ਕਿੱਧਰ ਵੜਦੇ ਫਿਰਦੇ ਨੇ ਕੱਲ ਵਾਲਾ ਇੰਨਾ ਨਹੀਂ ਸੀ ਹਨਾ ਇਹ ਤਾਂ ਪੂਰਾ ਹੀ ਹੈ ਟੂਰਿਸਟ ਪਹੁੰਚ ਗਏ ਇਹਨਾਂ ਨੂੰ ਵੀ ਪਤਾ ਲੱਗੂਗਾ ਚਲੋ ਦਰਸ਼ਨ ਇੱਦਾਂ ਹੀ ਹੁੰਦੇ ਨੇ ਜੋ ਕਿਸਮਤ ਨੂੰ ਮਨਜ਼ੂਰ ਹੈ ਪਿਛਲਾ ਟਾਇਰ ਜ਼ਿਆਦਾ ਤਿਲਕਦਾ ਨਾ ਮੂਰਲਾ ਤਾਂ ਕੱਟ ਜਾਂਦਾ ਪਰ ਇਹ ਵੀ ਇੱਕ ਐਡਵੈਂਚਰ ਹੈ ਨੋਰਮਲ ਨਾਲੋਂ ਬੋਰਿੰਗ ਹੋ ਗਿਆ ਸੀਗਾ ਥੋੜ੍ਹਾ ਜਿਹਾ ਸੇਮ ਸੜਕ ਦੇਖ ਕੇ ਮਜ਼ਾ ਤਾਂ ਆ ਰਿਹਾ ਸੀ ਉੱਥੇ ਵੀ ਪਰ ਇਹਦੇ 'ਚ ਵੀ ਮਜ਼ਾ ਆ ਰਿਹਾ ਇਹ ਵੀ ਸਾਨੂੰ ਰੱਬ ਨੇ ਦਿੱਤਾ ਕਿ ਲਓ ਸਵਾਦ ਜੇ ਮੇਰੇ ਕੋਲ ਪਹੁੰਚਣਾ ਹੈ ਤਾਂ ਟੈਂਪਲ ਤੱਕ ਮੇਰੀ ਅਗਨੀ ਪ੍ਰੀਖਿਆ ਤੋਂ ਗੁਜ਼ਰਨਾ ਪੈਣਾ ਡਿਫੀਕਲਟੀ ਤੋਂ ਰੱਬ ਕਹਿੰਦੇ ਇੰਨਾ ਸੌਖਾ ਨਹੀਂ ਮਿਲਦਾ ਅਤੇ ਰੱਬ ਤੱਕ ਪਹੁੰਚਣ ਦੇ ਰਾਸਤੇ ਵੀ ਫਿਰ ਦੇਖ ਲਓ ਤੁਸੀਂ ਉੱਪਰ ਥੱਲੇ ਕੀ ਬੋਲਦੇ ਆ ਹੈ ਇਹ ਤਾਂ ਕਨਫਿਊਜ਼ਨ ਆ ਹੁਣ ਉੱਤੇ ਲੱਗਦਾ ਮੈਨੂੰ ਅਸੀਂ ਆਪਣੀ ਗੱਟ ਫੀਲਿੰਗ ਨਾਲ ਜਾ ਰਹੇ ਜੀ ਉੱਪਰ ਨੂੰ ਥੱਲੇ ਤਾਂ ਮੈਨੂੰ ਲੱਗਦਾ ਬਾਹਰ ਨਿਕਲ ਜਾਂਦਾ ਉਹ ਕੁਛ ਤਾਂ ਹੋਊਗਾ ਹੀ ਉੱਪਰ ਅਰੇ 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 ਇਹ ਜ਼ਿਆਦਾ ਖਤਰਨਾਕ ਹੈ ਵਿੱਚੇ ਕੱਢਦੇ ਹਾਂ ਟਾਇਰ ਥੋੜ੍ਹੇ ਸਾਫ਼ ਹੋ ਜਾਣ ਕਿਹਦੇ ਇੱਥੇ ਧੁੱਪ ਨਹੀਂ ਲੱਗਦੀ ਤਾਂ ਕਰਕੇ ਦੇਖੋ ਜੀ ਸੁੱਕਿਆ ਨਹੀਂ ਹੈਗਾ ਇਹ ਹੁਣ ਤੱਕ ਵੇਰ ਵੀ ਪੈ ਗਿਆ ਪਿੱਛੇ ਭਾਰ ਡਬਲ ਹੋ ਗਿਆ ਪੈਨੀਅਰ ਟੋਪ ਬਾਕਸ 'ਚ ਵੀ ਸਮਾਨ ਹੈ ਇੱਧਰ ਹੀ ਹੈ ਨਾ ਮੰਦਿਰ ਮੇਨ ਗੱਲ ਤਾਂ ਇਹ ਹੈ ਪਤਾ ਲੱਗਿਆ ਅੱਗੇ ਜਾ ਕੇ ਕਿਸੇ ਦਾ ਘਰ ਨਿਕਲਿਆ ਦੇਖੋ ਜੀ ਹੁਣ ਤੁਸੀਂ ਇੱਥੇ ਆਉਣਾ ਹੈ ਜਾਂ ਨਹੀਂ ਆਉਣਾ ਜੇ ਆਉਣਾ ਹੈ ਤਾਂ ਕਿੱਦਾਂ ਕਿੱਦਾਂ ਆਉਣਾ ਓਏ ਹੋਏ ਓਏ ਹੋਏ ਵੀਡੀਓ ਬਣਾਏਗਾ ਮੁੰਡਾ ਕਹਿੰਦਾ ਰੀਲ ਬਣਾਉਣੀ ਆ ਮੈਂ ਕਿਹਾ ਬਣਾਓ ਸ਼ਾਬਾਸ਼ ਇੱਥੇ ਸਮੈਂਟਡ ਰੋਡ ਹੈ ਇਹ ਕਿਸੇ ਦਾ ਘਰ ਹੈ ਵੀਰ ਮੈਨੂੰ ਇਹ ਜੀ ਫੀਲਿੰਗ ਆ ਰਹੀ ਹੈ ਹਾਈਟ ਦੇਖ ਤੂੰ 1.5 ਕਿਲੋਮੀਟਰ ਹੋਇਆ ਨਹੀਂ ਅਜੇ ਸਹੀ ਆ ਕੈਫੇ ਕੂਫੇ ਤਾਂ ਹੀ ਬਣੇ ਹੋਏ ਨੇ ਹੈ ਨਾ ਨਹੀਂ ਤਾਂ ਕਿਸੇ ਦੇ ਘਰ ਦੇ ਬਾਹਰ ਤਾਂ ਕੈਫੇ ਕਿਉਂ ਬਣੇ ਉਹ ਮੈਗੀ ਖਾਣ ਦਾ ਇੱਥੇ ਮਜ਼ਾ ਨਹੀਂ ਆ ਤੀਰਥਨ ਪੈਰਾਗਲਾਈਡਿੰਗ ਐਸੋਸੀਏਸ਼ਨ ਬੰਜਾਰ ਪੁੱਛ ਲੈਂਦੇ ਆ ਭਈਆ ਬ੍ਰਾਂਚ ਇੱਥੇ ਜੂਸ ਹੁੰਦਾ ਸਿੱਡੂ ਮੋਮੋ ਇੱਥੇ ਖਾਵਾਂਗੇ ਨਾ ਕੁਛ ਲੱਗਦਾ ਨਹੀਂ ਮੈਨੂੰ ਕੋਈ ਹੈਗਾ ਇੱਥੇ ਪੁੱਛ ਕੇ ਕੀ ਆਏਗਾ ਨਹੀਂ ਤਾਂ ਅਗਲਾ ਆ ਹੀ ਜਾਂਦਾ ਹੁਣ ਤਾਂ ਯਾਰ ਥੱਲੇ ਉਤਰਨ ਲੱਗ ਗਈ ਟੈਂਪਲ ਦਾ ਰਸਤਾ ਕਹਾਂ ਸੇ ਹੈ ਸਾਥ ਹੀ ਹੈ ਜਾਏਗਾ ਬਾਈਕ ਮੋਟਰਸਾਈਕਲ ਜਾਏਗਾ ਪੱਥਰ ਲਾ ਸਹੀ ਗੱਲ ਬਾਈਕ ਕਰਤਾ ਸੀ ਇੱਥੇ ਪਾਰਕ ਪੱਥਰ ਵੀ ਲਾਤੇ ਦੋਹੇ ਤਾਂ ਕਿ ਅੱਗੇ ਨੂੰ ਸਿੱਧਾ ਥੱਲੇ ਨਾ ਜਾਵੇ ਰਿਸਕੀ ਹੁੰਦਾ ਨਾ ਜੀ ਉਹ ਕੈਫੇ ਹੈ ਇੱਕ ਹੋਮ ਸਟੇ ਵੀ ਬੜਾ ਹੀ ਚਿਲ ਪਲੇਸ ਆ ਯਾਰ ਇੱਥੇ ਤਾਂ ਕੁਛ ਵੀ ਨਹੀਂ ਹੈਗਾ ਆਰਾਮ ਨਾਲ ਜਾ ਕੇ ਰਹਿਣਾ ਕਿਸੇ ਨੇ ਉੱਥੇ ਅਸੀਂ ਰੱਖਤੇ ਆਪਣੇ ਹੈਲਮੈਟ 'ਤੇ ਕੀ ਕਹਿੰਦੇ ਨੇ ਆਪਣਾ ਜੈਕਟ ਰਾਈਡਿੰਗ ਅਤੇ ਹੁਣ ਉੱਪਰ ਜਾਣਾ ਸੀ ਮੰਦਿਰ ਇੱਧਰ ਦੀ ਪੈਦਲ ਅਤੇ ਹੁਣ ਅਸੀਂ ਤੁਹਾਨੂੰ ਦਿਖਾਉਂਦੇ ਹਾਂ ਬਾਹੂ ਨਾਗ ਟੈਂਪਲ ਇਸ ਰੋਡ 'ਤੇ ਹੀ ਉੱਪਰ ਜਾ ਕੇ ਆ ਦੋ ਚੀਜ਼ਾਂ ਉੱਥੇ ਇੱਕ ਤ੍ਰਿਸ਼ੂਲ ਵਾਲਾ ਵੀ ਆ ਜਿੱਥੇ ਤ੍ਰਿਸ਼ੂਲ ਹੀ ਤ੍ਰਿਸ਼ੂਲ ਨੇ ਹਜ਼ਾਰਾਂ 'ਚ ਤੁਹਾਨੂੰ ਉੱਪਰ ਜਾ ਕੇ ਦਿਖਾਉਣਾ ਮੈਂ ਅਤੇ ਤੁਸੀਂ ਰਸਤਾ ਦੇਖੋ ਹੁਣ ਤੱਕ ਤਾਂ ਦੇਖਿਆ ਉਹ ਹੈ ਉੱਪਰ ਅੱਛਾ ਉਹ ਰਿਹਾ ਟੈਂਪਲ ਠੀਕ ਹੈ ਜੀ ਆ ਜਾਓ ਫਿਰ ਥੱਲੇ ਦੇਖੋ ਜੰਗਲ ਹੀ ਜੰਗਲ ਕਿਆ ਬਾਤ ਹੈ ਲੰਬੇ ਲੰਬੇ ਦੇਵਦਾਰ ਦਰਖਤ ਦਿਲ ਗਾਰਡਨ ਹੋ ਗਿਆ ਹਮਾਰਾ ਯਹਾਂ ਆ ਕੇ ਬਹੁਤ ਹੀ ਵਧੀਆ ਸਕੂਨ ਆਹ ਇਸ ਲਈ ਹੈ ਨਾ ਇੱਥੇ ਤਾਂ ਬੈਠਾਂਗੇ ਘੰਟਾ ਇੱਥੇ ਤਾਂ ਬਹਿਣਾ ਬਣਦਾ ਇੱਥੇ ਤਾਂ ਲੈ ਕੇ ਜਾਵਾਂਗੇ ਪੋਜ਼ਿਟਿਵਿਟੀ ਜਿੰਨੀ ਹੋ ਸਕੇ ਇੱਥੇ ਕੋਈ ਹੈ ਹੀ ਨਹੀਂ ਸਾਡੇ ਇਲਾਵਾ
क्या बात है यार, कोई भी नहीं है। देखो तुसी आले दाले दा माहौल, क्या बात है यार, वाओ, मैसमराइजिंग। धुप पै रही है हल्की हल्की विचों, पर ठंडा है। पेड़ देखो कितने उच्चे उच्चे, हाँ कि मोटा दरख्त, थले भी देखो कितना सोहना, क्या बात है। कोई नहीं है, देख लो, झूठ नहीं बोल रहे सी। हाँ स्टॉल स्टूल होनी है, वो तो जी लगनी है, इतने बहुत चिक्कड़ है, थोड़ा बच के साइड तो निकल जाइए। तो हाँ देखो, हाँ खुला मैदान, मेडोज, अनंत भालू नाग मंदिर भालू, मंदिर है जी। हाँ हड़िम्बा टेंपल भी यही जी लोकेशन पे ही है, पर ये बहुत ही ज़्यादा दूर है और ब्यूटीफुल जगह थे। हाँ मैं लगा रहन लिए मंदिर वो है मेन, पुजारी वगैरह थे। हाँ रूम्स ने देखो, ये लॉक्ड ने रूम्स, रहन ले होना, क्या बात है। लाइक ठोक दो नाल नाल वीडियो दे। ओ है मंदिर मेन सेंटर च, नाल तालाब भी है, कुंड जा टाइप का छोटा जा। आई टेंपल, बाहु नाग टेंपल, इधर कुंड है मतलब तालाब जा। आ देखो छोटी जी लेक टाइप, भालू नाग जी शराब पीना सख्त मना है, क्या बात है। ब्यूटीफुल टेंपल, हाँ है जी मेन टेंपल, क्लोज्ड है इस टाइम, कोई है नहीं इत्थे। हाँ देखो सामने इत्थे वो हवन वगैरह हुंदा, और सामने मेन टेंपल वुडन दा, बड़े सौ साल पुराना टेंपल है, बहुत साल पुराना, बाहु नाग। देखो कितनी मजबूत लकड़ है, तैयार डिजाइन देखो तुसी, क्या बात है। सारे पासे आए, वेरी ब्यूटीफुल लकड़ ते डिजाइन बनाए हुए ने। इतों भी देखो जी कितना सोहना लग रहा है, बिल्कुल उपर कुछ बनाया हो, ते थले टेंपल, सारा सराउंडिंग दा एरिया देख लो एक बारी, उच्चे उच्चे देवड़ा ट्रीज, ठंडा मौसम। इधर भी हैगा, टॉप ते भी चलांगे आपां, और रास्ता जा जा रहा है जेड़ा, बहुत सोहना, और रहन लई